ਸਿੱਖ ਕੌਮ ਦਾ ਇਤਿਹਾਸ ਨਹੀਂ ਬਦਲਣ ਦੇਵਾਂਗੇ ਫੁਲਕਾ ਦੇ ਸਵਾਗਤ ਵਿੱਚ ਸਿੱਖ ਸੰਗਤਾਂ ਦਾ ਲਗਾਤਾਰ ਸਪਰੀਮ ਕੋਰਟ ਵਿੱਚ ਕਿਵੇਂ ਕਰਾਂਗੇ ਪੈਰਵਾਈ ਫੁਲਕਾ ਨੇ মিডিਆ ਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਦਿੱਤਾ 1984 ਸਿੱਖ ਕਤਲੇਆਮ ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਲੀ ਹਾਈ ਕੋਰਟ ਵੱਲੋਂ ਸੁਣਾਏ ਜਾਣ ਤੋਂ ਬਾਅਦ ਐਚਐਸ ਫੁਲਕਾ ਪਰਮਾਤਮਾ ਦਾ ਸ਼ੁਕਰਾਨਾ ਕਰਨ ਪਹੁੰਚੇ ਦਰਬਾਰ ਸਾਹਿਬ ਜਿੱਥੇ ਫੁਲਕਾ ਦੇ ਸਵਾਗਤ ਚ ਸੰਗਤਾਂ ਦਾ ਤਾਤਾ ਲੱਗ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਫੁਲਕਾ ਨੇ 1984 ਸਿੱਖ ਕਤਲੇਆਮ ਨੂੰ ਸਿੱਖ ਇਤਿਹਾਸ ਦਾ ਤੀਜਾ ਕੱਲੂਕਾਰਾ ਦੱਸਿਆ ਪੂਲਕਰ ਨੇ ਕਿਹਾ ਜਦ ਸਿੱਖ ਇਤਿਹਾਸ ਲਿਖਿਆ ਜਾਵੇਗਾ ਤਾਂ ਲੋਕ ਹੁਣ ਇਹ ਨਹੀਂ ਕਹਿ ਸਕਣਗੇ ਕਿ ਇੱਕ ਪੀੜੀ ਅਜੇਹੀ ਵੀ ਸੀ ਜੋ ਲੜ ਹੀ ਨਹੀਂ ਸકી ਫੁਲਕਾ ਨੇ 1984 ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਤੇ ਕਿਹਾ ਕਿ ਸੁਪਰੀਮ ਕੋਰਟ ਜਾਣ ਜਾਂ ਕਿਤੇ ਵੀ ਕਾਤਲਾਂ ਨੂੰ ਸੁਪਰੀਮ ਕੋਰਟ ਵੀ ਨਹੀਂ ਬਖਸ਼ੇਗਾ ਅਸੀਂ ਲੜਦੇ ਰਹਾਂਗੇ ਆ ਪੀੜਤਾ ਨੇ ਇਹ ਗੱਲ ਕਹੀ ਆ ਪਰ ਮੈਂ ਪੀੜਤਾ ਨੂੰ ਇਹ ਸਲਾਹ ਦੇਵਾਂਗਾ ਕਿ ਜਿਹੜੀ ਇਹ ਮੌਤ ਜਿਹੜੀ ਇਹ ਉਮਰ ਕੈਦ ਦੀ ਸਜ਼ਾ ਮੌਤ ਤੱਕ ਇਹ ਵੀ ਬਹੁਤ ਵੱਡੀ ਹੁੰਦੀ ਆ ਤੇ ਜੇ ਸੁਪਰੀਮ ਕੋਰਟ ਅਸੀਂ ਖੁਦ ਅਪੀਲ ਲੈ ਕੇ ਚਲੇ ਗਏ ਤਾਂ ਉਦੋਂ ਸੱਜਣ ਕੁਮਾਰ ਵੀ ਚਲਾ ਗਿਆ ਤਾਂ ਕੋਰਟੋਂ ਅਪੀਲ ਲੋਡ ਬਿਟ ਕਰਨੀ ਦੀ ਹੁੰਦੀ ਆ ਤੇ ਇਸ ਕਰਕੇ ਅਸੀਂ ਇਸ ਦੀ ਬਚਾਏ ਅਸੀਂ ਇਹ ਜੱਜਮੈਂਟ ਨੂੰ ਸਪਕਾਰ ਕਰੀਏ ਇਹ ਜੱਜਮੈਂਟ ਨੂੰ ਬਰਕਰਾਰ ਰੱਖਣ ਦੀ ਪੂਰੀ ਵਾਹ ਲਾਈਏ ਤੇ ਸੱਜਣ ਕੁਮਾਰ ਦੀ ਅਪੀਲ ਡਿਸਪਾਸ ਕਰਵਾਈਏ ਅਸੀਂ ਉਹਦੀ ਮੁਕਾਫਤ ਕਰਾਂਗੇ ਸਾਨੂੰ ਪੂਰੀ ਉਮੀਦ ਆ ਤੇ ਪੂਰਾ ਵਿਸ਼ਵਾਸ ਆ ਕਿ ਸੁਪਰੀਮ ਕੋਰਟ ਇਸ ਨੂੰ ਕੋਈ ਕਿਸੇ ਕਿਸੇ ਤਰ੍ਹਾਂ ਦਾ ਇਹਨੂੰ ਕੋਈ ਰਿਲੀਫ ਨਹੀਂ ਦੇਉਗੀ ਤੇ ਸਜ਼ਾ ਬਹਾਰ ਰੱਖੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ